ਸਾਨੂੰ ਇਹ ਪੇ ਕਮਿਸ਼ਨ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਸਾਨੂੰ ਇਹ ਪੇ ਕਮਿਸ਼ਨ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਮੁਲਾਜ਼ਮਾਂ ਨਾਲ ਪੱਕੇ ਕਰਨ ਦਾ ਵਾਅਦਾ ਪੇ ਕਮਿਸ਼ਨ ਦੇ ਵਿੱਚ ਪੂਰਾ ਕਰੋ ਪੂਰਾ ਕਰੋ ਪੂਰਾ ਕਰੋ ਪੂਰਾ ਕਰੋ ਪਿਛਲੀ ਸਰਕਾਰ ਨੇ ਰੈਗੂਲਰ ਕਰਨ ਦਾ ਫੈਸਲਾ ਕੀਤਾ ਹੋਇਆ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੰਜਾਬ ਦਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਮੁਰਦਾਬਾਦ 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 जंगलात सिंचाई विभाग के मुलाजमान वालों दुखी होके सानू पंजाब दी जथेबंदियां स्टेट लेवल दी दा हुक्म होया उन्होंने कापियां पहला सैक्टर पाड़ियां आपकी डिपार्टमेंट ऑफ अपने हेड ऑफिस पाड़ियां जंगलात आले ने मोहाली पाड़ियां सैक्रेटरी आले ने सैक्रेटरी पाड़ियां अपने अपने सिंचाई विभाग आले सिंचाई विभाग विच पाड़ियां डीसी दफ्तर दे विच जिहड़े मुलाजम थे उन्होंने अपने डीसी दफ्तर दे विच पाड़ियां अज असीं सिसमा डैम ते सरकार तो दुखी होके ये पे कमीशन की कापी नूं अग लाउंदे आ मैं सतनाम सिंह ते तुसी देख रहे हो खालसा टीवी चैनल न्यूज़ चंडीगढ़ ते मौजूद हाँ इस टाइम असी सिसवा नगरी दे विच शिवालक दीआं पहाड़ियां दे विच मनमोहक दृश्यां दे विच बसिया पिंड सिसवा ते उत्थे ही स्थित है सिसवा डैम ते इत्थे पहुँचदे ने वख-वख पिंडां दे विचों वर्कर कोई डेली वेज ते कम करदा कोई सरकारी ते कई ਉਹੋ ਜਿਹੇ ਮੁਲਾਜ਼ਮ ਨੇ ਜੋ ਕਿ ਸਰਕਾਰ ਦੇ ਅੱਗੇ ਆਪਣੀਆਂ ਮੰਗਾਂ ਲੈ ਕੇ ਰੋਜ਼ ਪਹੁੰਚਦੇ ਨੇ ਇੱਥੇ ਕਿ ਸਾਨੂੰ ਪੱਕਿਆਂ ਕੀਤਾ ਜਾਵੇ ਪਰ ਅੱਜ ਅਸੀਂ ਗੱਲ ਕਰ ਰਹੇ ਹਾਂ ਇੱਥੇ ਕਿ ਵਿੱਤ ਵਿਭਾਗ ਵੱਲੋਂ ਜੋ ਪੇ ਕਮਿਸ਼ਨ ਲਾਗੂ ਕੀਤਾ ਗਿਆ ਉਸ ਦੇ ਤਹਿਤ ਬਹੁਤ ਸਾਰੇ ਇਹੋ ਜਿਹੇ ਅਦਾਰੇ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਨੇ ਜਿਨ੍ਹਾਂ ਵੱਲੋਂ ਇਸ ਪੇ ਕਮਿਸ਼ਨ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੋ ਅੱਜ ਵਿਸ਼ੇਸ਼ ਤੌਰ 'ਤੇ ਸਿਸਮਾ ਡੈਮ ਦੇ ਉੱਤੇ ਜੰਗਲਾਤ ਵਿਭਾਗ ਅਤੇ ਨਹਿਰੀ ਵਿਭਾਗ ਦੇ ਸਾਂਝੇ ਤੌਰ 'ਤੇ ਅੱਜ ਪੇ ਕਮਿਸ਼ਨ ਦੀਆਂ ਜੋ ਕਾਪੀਆਂ ਨੇ ਉਹ ਸਾੜੀਆਂ ਭੇਜਿਆ ਪੇ ਕਮਿਸ਼ਨ ਦਾ ਮਤਲਬ ਇਹ ਹੁੰਦਾ ਕਮਿਸ਼ਨ ਇੱਕ ਜੱਜ ਦੀ ਪੋਸਟ ਹੁੰਦੀ ਆ ਜਿਹੜਾ ਕਿ ਜੱਜ ਕਮਿਸ਼ਨ ਮਤਲਬ ਕਿ ਜੱਜ ਦੀ ਪੋਸਟ ਜੱਜ ਦੋਹੇ ਧਿਰਾਂ ਨੂੰ ਬੁਲਾ ਕੇ ਗੱਲ ਕਰਦਾ ਬਈ ਹਾਂ ਬਈ ਮੁਰਜਨ ਨੂੰ ਵੀ ਬੁਲਾਉਂਦਾ ਜਿਹਦੇ ਪਰ ਜਿਹਦਾ ਨੁਕਸਾਨ ਹੋਇਆ ਪਾਉਂਦਾ ਉਹਨੂੰ ਵੀ ਬੁਲਾਉਂਦਾ ਫਿਰ ਉਹ ਕਮਿਸ਼ਨ ਆਪਣਾ ਫੈਸਲਾ ਦਿੰਦਾ ਇਸ ਪੰਜਾਬ ਦੇ ਜੋ ਇਸ ਸਰਕਾਰ ਨੇ ਸਰਦਾਰ ਕੈਪਟਨ ਅਮਰਿੰਦਰ ਸਿੰਘ ਔਰ ਸਰਦਾਰ ਮਨਪ੍ਰੀਤ ਬਾਦਲ ਪੰਜਾਬ ਦਾ ਖਜ਼ਾਨਾ ਮੰਤਰੀ ਜੋ ਇਸ ਜਿਹੜਾ ਇਹ ਮੁਲਾਜ਼ਮਾਂ ਨਾਲ ਉਹਦਾ ਮਹਿਕਮਾ ਰਿਲੇਟਡ ਕਰਦਾ ਉਹਨੇ ਜਦ ਕਮਿਸ਼ਨ ਬਿਠਾਲਿਆ ਕਮਿਸ਼ਨ ਨੇ ਪੰਜਾਬ ਦੀ ਕੋਈ ਜਥੇਬੰਦੀ ਨਹੀਂ ਬੁਲਾਈ ਉਹ ਜਥੇਬੰਦੀਆਂ ਕਿਹੜੀਆਂ ਬੁਲਾਈਆਂ ਜਾਂਦੀਆਂ ਉਹਦੇ ਵਿੱਚ ਫੋਰਥ ਕਲਾਸ ਦੇ ਮੁਲਾਜ਼ਮ ਬੁਲਾਏ ਜਾਂਦੇ ਆ ਉਹਦੇ ਵਿੱਚ ਡਾਕਟਰ ਬੁਲਾਏ ਜਾਂਦੇ ਆ ਉਹਦੇ ਵਿੱਚ ਕਲੈਰੀਕਲ ਸਟਾਫ ਬੁਲਾਇਆ ਜਾਂਦਾ ਉਹਦੇ ਵਿੱਚ ਆਲ ਦੀ ਡਿਪਾਰਟਮੈਂਟ ਆਫ ਡਰਾਈਵਰਾਂ ਦੀ ਯੂਨੀਅਨ ਬੁਲਾਈ ਜਾਂਦੀ ਆ ਉਹਦੇ ਵਿੱਚ ਡਰਾਫਟਮੈਨ ਬੁਲਾਏ ਜਾਂਦੇ ਆ ਉਹਦੇ ਵਿੱਚ ਸਾਰੇ ਪੰਜਾਬ ਦੇ ਅਧਿਆਪਕ ਬੁਲਾਏ ਜਾਂਦੇ ਆ ਉਹਦੇ ਵਿੱਚ ਸਾਰੇ ਏ ਟੂ ਜੈਡ ਪੀਐਨ ਕਿਹਾ ਚੌਂਕੀਦਾਰ ਕਿਹਾ ਸਵੀਪਰ ਕਿਹਾ ਉਹਨਾਂ ਦੀ ਅੱਧਾ ਅੱਧਾ ਘੰਟਾ ਮੈਂ ਆਪਣੇ ਅੱਖਾਂ ਨਾਲ ਵੀਡੀਓਗ੍ਰਾਫੀ ਹੁੰਦੀ ਦੇਖੀ ਆ ਐਂ ਬੰਦਾ ਲੀਡਰ ਬੋਲਦਾ ਹੁੰਦਾ ਅੱਧਾ ਅੱਧਾ ਘੰਟਾ ਆਪਣੀ ਉਹ ਬੋਲਦਾ ਵੀ ਸਾਨੂੰ ਇਹ ਚਾਹੀਦਾ ਜੀ ਸਾਨੂੰ ਇਹ ਚਾਹੀਦਾ ਉਹ ਤੱਥਾਂ ਦੇ ਆਧਾਰ 'ਤੇ ਕਮਿਸ਼ਨ ਜਿਹੜਾ ਹੁੰਦਾ ਸਰਕਾਰ ਨਾਲ ਗੱਲ ਕਰਦਾ ਵੀ ਸਾਨੂੰ ਮਤਲਬ ਕਿ ਮੁਰਜਮ ਇਹ ਕਹਿ ਰਹੇ ਆ ਤੁਸੀਂ ਇਹ ਕਹਿ ਰਹੇ ਆ ਦੱਸੋ ਇਹ ਅੰਕੜੇ ਕਿੱਥੇ ਜਾਂਦੇ ਆ ਜੇਕਰ ਗੱਲ ਫਿਰ ਵੀ ਸੂਤ ਨਹੀਂ ਆਉਂਦੀ ਦੋਹੇ ਧਿਰਾਂ ਦੇ ਕੋਲ ਨਾ ਸਰਕਾਰ ਕੋਲ ਨਾ ਕਮਿਸ਼ਨਰ ਕੋਲ ਫਿਰ ਇੱਕ ਅਨਾਮਲੀ ਕਮੇਟੀ ਬਿਠਾਈ ਜਾਂਦੀ ਆ ਸਰਕਾਰ ਵੱਲੋਂ ਸਾਂਝੀ ਕਮੇਟੀ ਅਨਾਮਲੀ ਸਾਂਝੀ ਕਮੇਟੀ ਉਹ ਸਾਂਝੀ ਕਮੇਟੀ ਬਣਾਈ ਜਾਂਦੀ ਆ ਸਰਕਾਰ ਵੱਲੋਂ ਉਹ ਅਨਾਮਲੀ ਕਮੇਟੀ ਫਿਰ ਜਿਹੜੀ ਮਾੜੀ ਕੋਈ ਤਰੁੱਟੀ ਹੁੰਦੀ ਆ ਉਹਨੂੰ ਦੂਰ ਕਰਿਆ ਜਾਂਦਾ ਐਤਕੀ ਅਨਾਮਲੀ ਕਮੇਟੀ ਵੀ ਨਹੀਂ ਬਣਾਈ ਗਈ ਇਸ ਦੇ ਸੰਬੰਧ ਵਿੱਚ ਇੱਕ ਹੋਰ ਤੁਹਾਡੇ ਚਰਨਾਂ ਵਿੱਚ ਮੈਂ ਬੇਨਤੀ ਕਰਾਂ ਜਦੋਂ ਤੱਕ ਪੇ ਕਮਿਸ਼ਨ ਨਹੀਂ ਦਿਆ ਜਾਂਦਾ ਜੇਕਰ ਲੇਟ ਹੋ ਜਾਂਦਾ ਇਹਨਾਂ ਨੇ ਤਾਂ ਹੁਣ ਆ ਜਾਂ ਆ ਰਹਿ ਗਏ 4 ਮਹੀਨੇ ਵੋਟਾਂ ਨੂੰ ਆ ਅਗਲੇ ਮਹੀਨਾ ਮੇਰਾ ਖਿਆਲ ਅਕਤੂਬਰ ਨਵੰਬਰ ਵਿੱਚ ਤੁਹਾਡੇ ਸਾਹਮਣਾ ਚੋਣ ਲੱਗ ਜਾਣਾ ਇਹ ਚੋਣ ਜ਼ਾਬਤਾ ਹੈ ਜੀ ਇਹਨਾਂ ਨੇ ਲਾਸਟ ਦੇ ਵਿੱਚ ਦਿਆ ਇੱਕ ਕਾਨੂੰਨ ਲਾ ਇੱਕ ਕਮਿਸ਼ਨਰ ਨੂੰ ਪਾਵਰਾਂ ਜੇਕਰ ਪੇ ਕਮਿਸ਼ਨ ਲੇਟ ਹੋ ਜਾਵੇ ਤਾਂ ਉਹ ਸਾਨੂੰ ਅੰਟਾਇਰਮਲੀ ਦੇਈ ਜਾਂਦੀ ਆ ਚਾਹੇ ਉਹ 2000 ਦੇਈ ਜਾਵੇ ਚਾਹੇ 500 ਦੇਈ ਜਾਵੇ ਪਿਛਲੀ ਸਰਕਾਰ ਚਾਹੇ ਮੈਂ ਉਹਦਾ ਨਾਂ ਨਹੀਂ ਲੈਂਦਾ ਹੈਗਾ ਮੈਂ ਉਹਦੀ ਤਾਰੀਫ ਨਹੀਂ ਕਰਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਨੂੰ 500 ਰੁਪਏ ਅੰਟਾਇਰਮਲੀ ਦੇ ਗਿਆ ਤਾ ਕਿਉਂ ਉਹਦੇ 5 ਸਾਲ ਬਈ ਬਾਅਦ ਦੇ ਵਿੱਚ ਜੇਕਰ ਪੇ ਕਮਿਸ਼ਨ ਸਰਕਾਰ ਕੋਲ ਪੈਸਾ ਨਹੀਂ ਹੈਗਾ ਤਾਂ ਅੰਟਾਇਰਮਲੀ ਵੀ ਨਹੀਂ ਦੇ ਸਕਦੇ ਹੈਗੇ ਅੰਟਾਇਰਮਲੀ ਵੀ ਸਾਡੀ ਮਿਲ ਕੇ ਨਹੀਂ ਦਈ ਉਹਦੇ ਬਾਅਦ ਜਦੋਂ ਮਨਪ੍ਰੀਤ ਬਾਦਲ ਕੁਰਸੀ ਦੇ ਬੈਠਿਆ ਉਹਨੇ ਆਉਂਦੇ ਨਹੀਂ ਸਾਡਾ 200 ਰੁਪਇਆ ਕੱਟ ਲਿਆ ਉਹਦੇ ਬਾਅਦ ਸਾਡਾ ਮੋਬਾਈਲ ਪਤਾ ਕੱਟਿਆ ਉਹਨੇ ਇੱਕ ਮੈਂ ਤੁਹਾਨੂੰ ਕਹਾਵਤ ਦੱਸਦਾ ਛੋੜੀ ਜੀ ਇੱਕ ਹੋਰ ਗੱਲ ਸੋਚੀ ਬਈ ਇੱਕ ਠੇਕੇਦਾਰੀ ਸਿਸਟਮ ਪਰ ਬੰਦਿਆਂ ਨੂੰ ਭਰਤੀ ਕਰੋ 10,000 ਰੁਪਇਆ ਜਿਹੜਾ 15,000 12,000 ਕੰਮ ਕਰਦਾ ਉਹਨੂੰ ਮਿਲਦਾ
ठेकेदार एक कर्मचारी पिछा 2000 रुपया खाता वो लखा रुपया महीने का कमाता जरा धुप में मरता उन 10000 मिलता ठेकेदार कि मंत्रियों के धी पुता मंत्रियों के जवाई हाँ मंत्रियों के मासी हाँ कोई वो नहीं ठेकेदार कोई साड़ा बंदा नहीं है ठेकेदार इन्हों अगा पत्रकार साहब थानू सारी गल का पता एक पिंड पहला टैंकी होंगी थी पानी की सेंटीना डिपार्टमेंट के अंडर होंगी थी उत्थे एक बेलदार हों एक फिटर हों एक पंप ऑपरेटर हों एक चौकीदार हों चौकीदार का वधिया आलीशान कमरा बनया हों जहाँ घर भी रहने वास्ते नहीं हों एना लोगों ने अड़ अड़ दस पिंड टैंकियां उन्होंने ठेके से देती ये हालात इन्होंने लोगों का भाई ये मुलाजम साथियों जी पे कमीशन की रिपोर्ट आई आनू सू कख नहीं दिया इन्होंने समा साढ़े हाथ पढ़ ले पे कमीशन क्या साढ़ा ग्रेड ही खत्म करते जी नैक्सट टाइम सू कोई ग्रेड की गल नहीं होनी सानू इन्होंने यूपी के भइया मिलाता साढ़े अंकड़े का देखो साडा पंजाब दे विच देखो किन्ना रोज़ डीजल बिकता किन्ना साडा पेट्रोल बिकता किन्ना असी सेंटर नू टैक्स दिंदे आ सानू यूपी दे भइयां नाल मिलाता जा इन्हां ने भी हाँ तुसीं उन्हां दा ग्रेड इन्ना पंजाब नू असी इन्ना देणा जदों कि हंसराज शर्मा 1968 दे विच पंजाब नू आप सारे हिंदुस्तान दे उपर करके गया अज असी डाउन हो गए 68 दे बाद बंदा उपर जांदा कि थले जांदा किन्ना साडा डीजल फुकदा किन्ने असी वधिया कपड़े पाउंदे आ जराबां पाउंदे आ किन्ना टैक्स जांदा असी सारे अंकड़े का देखो जी सेंटर में किन्ना कमा के देंगे सानू कहते यूपी दे इन्ना स्केल मिलता वो यूपी वाले अंकड़े देखो वो क्या कमा के देंगे सरकार नू असी किन्ना खर्चा करते हैं रोज़ होंगे तो ना वर्क चार्ज नू डीए मिलता था डेली वेज मिलता क्या फिर उस टाइम 1968 के पे कमीशन बैठा था पे कमीशन ने फैसला करया था भी असी वर्क चार्ज जड़े होंगे उन्होंने सारिया CSR लागू होंगे CSR का मतलब यह होंगे जो सरकारी रेगुलर मुलाजमान मिलती है अपना सहूलत वो वर्क चार्ज में मिलूंगी डेली वेज में 5 साल बाद वर्क चार्ज मिला बनाया जाऊँगा उस दे बाद 1968 के पे कमीशन उन्होंने ये फैसला कराया था उस दे बाद 1978 के पे कमीशन बैठा पंजाब के जब अपना मुलाजम 20 लाख के उपर 25 लाख क्रॉस करता था मुलाजम रिटायरमेंट होंगे गए जथेबंदियां खत्म होंगे गई जथेबंदियां ज़्यादा बनिया बन गई अपने स्वार्थी लीडर अपने उन्होंने पै गए जी उस तो बाद 78 के पे कमीशन बैठे 78 के उन्होंने सानू पे कमीशन जिदा मैं थोड़ा दसिया कमीशन ने कली कली जथेबंदी बुलाई तो सानू कर सरदार लक्ष्मण सिंह जी चीफ मिनिस्टर से 1978 के जब एक फैसला होया था लिखती रूप के हूँ भी सर्टिफिकेट के पिया ये लोगों ने लुकोया वा IAS अफसर ने सारे ने बिचे सरकार ने लुकोया वा जो सेंटर की सरकार जिस वेले भी DA की किस्त दूंगी वो 4 दिन बाद साड़ी पंजाब सरकार अपने पंजाब के मुलाजमों DA की किस्त दूंगी भरावो मुलाजमो तुसी पंजाब दे पे कमीशन की गल करदे आ कापी आ मेरे को पढ़ लियो कला कला बंदा सानू पे कमीशन की लोड़ नहीं असी हुण थोड़ी देर तक इहनूं अग ला के फुकना होर जथेबंदियां ने जिथे पंजाब की सरकार विधानसभा दे विच बैठदी आ उत्थे अग लाया इहनूं कापियां नूं अपने सिंचाई विभाग में लाया थोड़े जंगलात महकमे में लाया हरेक डिपार्टमेंट में लाया मतलब कि कह का मतलब सानू पे कमीशन की लोड़ नहीं साड़ियाँ 4-5 साल दिया DA दिया किस्त ही दे दो साड़ी तनखा बढ़ जाती है सानू पे कमीशन का इन्ना फायदा नहीं हो रहा जिन्हें सानू महंगाई भत्ते दिया किस्त जदों के सरदार लक्ष्मण सिंह 1978 के फैसला होया उसके बाद 1186 के सरदार सुरजीत सिंह बरनला चीफ मिनिस्टर से उस टाइम के सरदार बलवंत सिंह खजाना मंत्री के जब सानू बरनला साहब ने डिपार्टमेंटल काम कर डिपार्टमेंट 86 के सरदार साहब जानते हो अतवाद का बहुत दौर टाने पंजाब उन्होंने कहा भी गरीबों असी जितना हम जंगलात का काम चलता भी असी गरीबों के बच्चों नौकरी देिए उन्होंने कहा भी जे 1 लाख रुपया सरकार ठेकेदार पेमेंट कर दी आते 40,000 रुपया दे मुलाजम भर्ती करे जाऊंगे तो असं अज रोटी खा रहे हैं तो असं बैठे इन्होंने रोकिया जी कहने जी इन्हों वोटा पै जूंगी बई ये फैसला लागू ना हो दो इन्होंने डॉक्टरी महीना भी हो गया क्यों क्यों काम रुकया वा कहने जी पोस्टा नहीं है पोस्टा सही अमरीका से आनियाँ अच साढ़े बच्चे चलो मान लो लेकर आराम बैठे एक बेलदार इन्हें 2025 के रेगुलर हो जाना वो लिख दो 2025 बच्चे पोस्ट खत्म नहीं करी जाऊंगी अच तेन पक्का करो पक्के का मतलब यह होंगे कल देखो किन्ने सप किन्ने कम कर रहे हैं कोई किसी ना कोई हादसा बरत दे भरावो थोड़ी कोई सिक्योरिटी नहीं हैगी थोड़े का दागा पर भी नहीं जाना इन्होंने जो थोड़े अफसर आते जल्दी दास 1987 सतलुज जमला लिंक नहर सिंचाई विभाग के एक विंग में भर्ती होया था एज ए वर्क चार्ज उस तो बाद असी मतलब 1999 के रेगुलर हो गए
ਮੈਨੂੰ ਉਸ ਟਾਈਮ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਹਰੀ ਸਿੰਘ ਟੌੜਾ ਜੋ ਇਸ ਵੇਲੇ ਵੀ ਨੁਮਾਇੰਦਗੀ ਕਰਦੇ ਆ ਉਹਨਾਂ ਨੇ ਮੈਨੂੰ ਸਿੰਚਾਈ ਵਿਭਾਗ ਦਾ ਸਤਲੁਜ ਜਮਲਾ ਨਿੱਕ ਨਹਿਰ ਦਾ ਮਤਲਬ ਕਿ ਆਪਣੀ ਵਿੰਗ ਦਾ ਪ੍ਰਧਾਨ ਬਣਾਇਆ ਤਾ ਉਸ ਤੋਂ ਬਾਅਦ ਮੈਨੂੰ ਰਾਜਪੁਰਾ ਤਹਿਸੀਲ ਦਾ ਪ੍ਰਧਾਨ ਬਣਾਇਆ ਗਿਆ ਹੁਣ ਵੀ ਮੈਂ ਰਾਜਪੁਰਾ ਤਹਿਸੀਲ ਦਾ ਪ੍ਰਧਾਨ ਚੱਲ ਰਿਹਾ ਇੱਥੇ ਵੀ ਜਿਹੜੇ ਆਪਣੇ ਸਿਸਮਾ ਡੈਮ ਦੇ ਸਾਰੇ ਕਰਮਚਾਰੀ ਇੱਕ ਵਾਰ ਮੀਟਿੰਗ ਕਰਕੇ ਮੈਨੂੰ ਆਗੂ ਚੁਣਿਆ ਤਾ ਉਹ ਵੀ ਹੁਣ ਮੈਨੂੰ ਮਤਲਬ ਆਗੂ ਮੰਨਣ ਦੇ ਵਿੱਚ ਮਤਲਬ ਕਿ ਕੋਈ ਉਹ ਨਹੀਂ ਹੈ ਉਹ ਨਹੀਂ ਹੈਗਾ ਇਸ ਕਰਕੇ ਮੇਰਾ ਬਲਦੇਵ ਸਿੰਘ ਅਵਰਾਮਾ ਰਾਜਪੁਰਾ ਤਹਿਸੀਲ ਦਾ ਪ੍ਰਧਾਨ ਆ ਮੈਂ ਹਰੀ ਸਿੰਘ ਟੌੜਾ ਗਰੁੱਪ ਦਾ ਮਤਲਬ ਕਿ ਮੈਂਬਰ ਹਾਂ ਜੀ ਔਰ ਪੰਜਾਬ ਸਟੇਟ ਕਰਮਚਾਰੀ ਦਲ ਦਾ ਸਟੇਟ ਦਾ ਮੈਂ ਵਰਕਿੰਗ ਕਮੇਟੀ ਦਾ ਮੈਂਬਰ ਹਾਂ ਇਹ ਜਿਹੜੀ ਪੰਜਾਬ ਸਟੇਟ ਕਰਮਚਾਰੀ ਦਲ ਸੀ 1987 ਦੇ ਵਿੱਚ ਜਾਂ ਸਰਜੀਤ ਸਿੰਘ ਬਰਨਾਲਾ ਚੀਫ ਮਿਨਿਸਟਰ 'ਤੇ ਉਹਨਾਂ ਨੇ ਪਟਿਆਲੇ 'ਚ ਬਹੁਤ ਤਕੜੀ ਕਾਨਫਰੰਸ ਕਰਕੇ ਜਿਹਦੇ ਵਿੱਚ ਸਰਦਾਰ ਗੁਰਚਰਨ ਸਿੰਘ ਟੌੜਾ SGPC ਦੇ ਪ੍ਰਧਾਨ ਵੀ ਮੌਜੂਦ ਤੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਹੋਮ ਮਿਨਿਸਟਰ ਉਹਨੇ ਮੌਜੂਦ ਤੇ ਉਹਨਾਂ ਨੇ ਇੱਕ ਆਪਣੀ ਅਕਾਲੀ ਦਲ ਦਾ ਦਲ ਬਣਾਇਆ ਤਾ ਸਿਆਸੀ ਦਲ ਬਣਾਇਆ ਤਾ ਤਾਂ ਕਿ ਸਾਨੂੰ ਕੱਲ੍ਹ ਨੂੰ ਇਲੈਕਸ਼ਨਾਂ ਦੇ ਵਿੱਚ ਕੋਈ ਮਤਲਬ ਕਿ ਉਹ ਨਾ ਹੋਵੇ ਉਸ ਟਾਈਮ ਪੰਜਾਬ ਦੇ ਪ੍ਰਧਾਨ ਸਰਦਾਰ ਹਰੀ ਸਿੰਘ ਟੌੜਾ ਜੀ ਨੂੰ ਬਣਾਇਆ ਗਿਆ ਤਾ ਅਤੇ ਕੈਪਟਨ ਕਮਲ ਜੀ ਨੂੰ ਸਬੋਰਡੀਨੇਟ ਬਣਾਇਆ ਗਿਆ ਤਾ ਉਹ ਮਰਦੇ ਤੱਕ ਕਰਮਚਾਰੀ ਦਲ ਦੇ ਸਬੋਰਡੀਨੇਟ ਰਹੇ ਆ ਨਾ ਕਿ ਸਰਕਾਰ ਦੇ ਰੂਪ ਵਿੱਚ ਪੇਸ਼ ਹੁੰਦੇ ਰਹੇ ਆ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।